ਦਾਵਾ ਕੀ ਕਰਦੇ ਨੇ ਅਸੀਂ ਬਾਬੇ ਨਾਨਕ ਦੇ ਵਾਰਸਾਂ ਅਸੀਂ ਮਨਾਵਾਂਗੇ ਗੁਰਪ੍ਰਭੂ ਅਸੀਂ ਇਹ ਕਰਾਂਗੇ ਉਹ ਕਰਾਂਗੇ ਸੱਚ ਕਰਕੇ ਜਾਣਿਓ ਸਾਡੇ ਲੋਕਾਂ ਦੇ ਪੱਲੇ ਕੇਵਲ ਫੁਕਰੀਆਂ ਰਹਿ ਗਈਆਂ ਨੇ ਹੋਰ ਕੱਖ ਨਹੀਂ ਰਹਿ ਗਿਆ ਸੱਚ ਵਾਲੇ ਪਾਸੇ ਨੂੰ ਲੋਕ ਤੁਰੇ ਵੀ ਸੀਗੇ ਇਮਾਨਦਾਰੀ ਵਾਲੇ ਜੀਵਨ ਬਣੇ ਵੀ ਸੀਗੇ ਅੱਜ ਸਿਰੇ ਦਾ ਬੇਈਮਾਨ ਬੰਦਾ ਤੇ ਉਹ ਕਰਦਾ ਕੀ ਪਿਆ ਉਹ ਨਗਰ ਕੀਰਤਨ ਦੇ ਵਿੱਚ ਘੁੰਮ ਰਿਹਾ ਏवन ਪੰਜਾਬੀ ਨਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋ ਸੌਨਸ ਹੋਤਾ ਤਾਂ ਲੈ ਕੇ ਹਾਜ਼ਰ ਹੈ ਖਰੀਆਂ ਖਰੀਆਂ ਅੱਜ ਖਰੀਆਂ ਖਰੀਆਂ ਦੇ ਵਿੱਚ ਗੱਲ ਕਰਦੇ ਆਂ ਜੀ ਬਲਜੀਤ ਸਿੰਘ ਦਿੱਲੀ ਬਲਜੀਤ ਸਿੰਘ ਦਿੱਲੀ ਵਾਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸਨੇ ਦੱਸਿਆ ਕਿ 550 ਸਾਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਆਪਾਂ ਜਨਮ ਦਿਹਾੜਾ ਕਿਸ ਤਰ੍ਹਾਂ ਮਨਾਉਣਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਨਗਰ ਕੀਰਤਨ ਵਿੱਚ ਨਾ ਜਾਓ ਤੇ ਨਾ ਹੀ ਕੀਰਤਨੀਏ ਜਥੇ ਨੂੰ ਕੀਰਤਨ ਕਰਨ ਲਈ ਬੁਲਾਓ ਉਹ ਕੀ ਕਰਦੇ ਨੇ ਉਹਨਾਂ ਦਾ profession ਹੈ ਉਹ ਗਿਣੀਆਂ ਚੁਣੀਆਂ ਕਹਾਣੀਆਂ ਸੁਣਾਉਂਦੇ ਨੇ ਔਰ ਆਕਾਂ ਆਪਾਂ ਜਿਹੜੇ ਲੋਕ ਆ ਆਪਾਂ ਅੱਖਾਂ ਮੀਟ ਕੇ ਉਹਨਾਂ ਕਹਾਣੀਆਂ ਤੇ ਵਿਸ਼ਵਾਸ ਕਰ ਲੈਂਦੇ ਨੇ ਉਹ ਚੰਦ ਸਿੱਕੇ ਕਮਾ ਕੇ ਆਪਣੇ ਪਰਿਵਾਰ ਵਿੱਚ ਚਲ ਜਾਂਦੇ ਨੇ ਔਰ ਆਪਾਂ ਬੁੱਧੂ ਬਣ ਕੇ ਉਸੇ ਤਰ੍ਹਾਂ ਹੀ ਵੇਖਦੇ ਸੁਣਦੇ ਰਹਿੰਦੇ ਆ ਉਸ ਸ਼ਖਸ ਨੇ ਹੋਰ ਬਹੁਤ ਕੁਝ ਕਿਹਾ ਨਗਰ ਕੀਰਤਨਾਂ ਨੂੰ ਲੈ ਕੇ ਕੀਰਤਨੀਆਂ ਜਥੇ ਨੂੰ ਲੈ ਕੇ ਔਰ ਉਹਨਾਂ ਦੇ ਮੁਤਾਬਕ 550 ਸਾਲਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਉਹ ਕਿਸ ਤਰ੍ਹਾਂ ਮਨਾਉਣਾ ਹੈ ਆਪ ਵੇਖਦੇ ਆ ਪੂਰੀ ਵੀਡੀਓ ਬਾਬੇ ਨਾਨਕ ਦਾ 500 ਸਾਲਾ ਜਨਮ ਦਿਹਾੜਾ ਮਨਾਉਣ ਦੇ ਵਾਸਤੇ ਲੋਕ ਨੇ ਜਿਹੜੇ ਉਹ ਬੜੇ ਉਤਸ਼ਾਹ ਦੇ ਵਿੱਚ ਨੇ ਕਿ ਬਾਬੇ ਨਾਨਕ ਦਾ 550 ਸਾਲਾ ਦਿਹਾੜਾ ਆ ਰਿਹਾ ਹੈ ਤੇ ਅਸੀਂ ਜੀ ਹਮ ਹੁਮਾ ਕੇ ਇਸ ਦਿਹਾੜੇ ਨੂੰ ਮਨਾਉਣਾ ਹੈ ਪ੍ਰਬੰਧਕ ਜਿਹੜੇ ਨੇ ਉਹਨਾਂ ਨੇ ਕਥਾਵਾਚਕਾਂ ਨੂੰ ਰਾਗੀ ਜੱਥਿਆਂ ਨੂੰ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੋਵੇਗਾ ਤੇ ਬਹੁਤ ਸਾਰੇ ਕਥਾਵਾਚਕ ਰਾਗੀ ਜਥੇ ਜਿਹੜੇ ਨੇ ਉਹ ਬੁੱਕ ਵੀ ਹੋ ਗਏ ਹੋਣਗੇ ਤੇ ਨਗਰ ਕੀਰਤਨ ਜਿਹੜੇ ਨੇ ਉਹ ਤੇ ਆਲਰੇਡੀ ਨਿਕਲਨੇ ਸ਼ੁਰੂ ਹੋ ਹੀ ਗਏ ਨੇ ਤੇ ਇਹ ਹੁਣ ਨਿਕਲਦੇ ਹੀ ਰਹਿਣੇ ਨੇ ਨਵੰਬਰ ਮਹੀਨੇ ਤੱਕ ਇਹ ਰੁਕਣੇ ਨਹੀਂ ਨਗਰ ਕੀਰਤਨ ਕੱਢਣਾ ਜਾਂ ਕਥਾਵਾਚਕ ਬੁੱਕ ਕਰ ਲੈਣੇ ਜਾਂ ਕੀਰਤਨੀ ਜੱਥਿਆਂ ਦੇ ਕੋਲੋਂ ਕੀਰਤਨ ਕਰਾ ਲੈਣਾ ਕੀ ਜਨਮ ਦਿਹਾੜਾ ਇਸ ਤਰੀਕੇ ਨਾਲ ਮਨਾ ਰਹੇ ਹੋ ਕਿ ਇਹ ਜਨਮ ਦਿਹਾੜਾ ਮਨਾਉਣ ਦੇ ਨਾਲ ਲਾਭ ਹੋਣਾ ਕਿਸੇ ਨੂੰ ਕੁਝ ਅੱਗੇ ਵੀ ਕਈ ਵਾਰ ਦਿਹਾੜੇ ਆਏ ਨੇ ਸਾਡੇ ਲੋਕਾਂ ਨੇ ਮਨਾਏ ਨੇ ਪਰ ਮੈਨੂੰ ਤੁਸੀਂ ਦੱਸੋ ਕਿ ਉਹਦੇ ਵਿੱਚੋਂ ਅੱਜ ਤੱਕ ਨਿਕਲਿਆ ਕੀ ਹੈ ਕੀ ਆਉਟਪੁੱਟ ਨਿਕਲੀ ਹੈ ਉਹਦੇ ਵਿੱਚੋਂ ਦੀ ਕਿਸੇ ਨੂੰ ਕੀ ਲਾਭ ਹੋਇਆ ਕਿਸੇ ਨੂੰ ਕੀ ਫਾਇਦਾ ਹੋਇਆ ਉਹਦੇ ਵਿੱਚੋਂ ਦੀ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਵੱਡੀ ਕੋਈ ਆਉਟਪੁੱਟ ਨਿਕਲੀ ਹੈ ਕਿਉਂਕਿ ਜਿਹੜੇ ਵੀ ਕਥਾਵਾਚਕ ਨੇ ਆਉਣਾ ਹੈ ਜਿਹੜੇ ਵੀ ਕਿਰਤਨੀਆਂ ਨੇ ਆਉਣਾ ਹੈ ਤੁਹਾਡੀ ਸਟੇਜ ਦੇ ਉੱਤੇ ਆ ਕੇ ਬੋਲਣਾ ਹੈ ਉਹਨੇ ਕਰਨਾ ਕੀ ਹੈ ਉਹਨੇ ਕਰਨਾ ਪਤਾ ਕੀ ਹੈ ਆ ਕਵੀ ਸੰਤੋਖ ਸਿੰਘ ਦੇ ਵੱਲੋਂ ਸੂਰਜ ਪ੍ਰਕਾਸ਼ ਦੇ ਵਿੱਚ ਜਿਹੜੀਆਂ ਝੂਠੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ ਨਾ ਉਹਨੇ ਉਹ ਚਾਰ ਝੂਠੀਆਂ ਕਹਾਣੀਆਂ ਤੁਹਾਨੂੰ ਸੁਣਾ ਜਾਣੀਆਂ ਨੇ ਬਾਬੇ ਨਾਨਕ ਜੀ ਦੇ ਪ੍ਰਤੀ ਪੀ ਬਾਬਾ ਨਾਨਕ ਜੀ ਨੇ ਆ ਆ ਕੀਤਾ 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 ਬੇਬੇ ਨਾਨਕੀ ਨੇ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਪ੍ਰਸ਼ਾਦਾ ਬੜਾ ਸੋਹਣਾ ਫੁੱਲ ਗਿਆ ਬਾਬੇ ਨਾਨਕ ਦੇ ਬਾਰੇ ਦੇ ਵਿੱਚ ਬੇਬੇ ਨਾਨਕੀ ਨੇ ਸੋਚਿਆ ਕਿ ਕਿਤੇ ਮੇਰਾ ਭਰਾ ਮੇਰੇ ਲਾਗੇ ਹੁੰਦਾ ਤੇ ਪ੍ਰਸ਼ਾਦਾ ਛਕ ਲੈਂਦਾ ਲਓ ਜੀ ਬਾਬਾ ਨਾਨਕ ਜੀ ਆ ਗਏ ਉਹਨਾਂ ਨੇ ਆ ਕੇ ਪ੍ਰਸ਼ਾਦਾ ਛਕਿਆ ਆਖੋ ਸਤ ਨਾਮ ਸ਼੍ਰੀ ਵਾਇ ਗੁਰੂ ਇਦਾਂ ਦੀਆਂ ਕਹਾਣੀਆਂ ਤੁਹਾਨੂੰ ਕਥਾਵਾਚਕਾਂ ਨੇ ਸੁਣਾਉਣੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਅਸੀਂ ਸੋਚਣਾ ਵਾਹ ਜੀ ਵਾਹ ਬਾਬੇ ਨਾਨਕ ਦੀ ਕਿੱਡੀ ਵਡਿਆਈ ਕਰਕੇ ਗਿਆ ਏ ਕਥਾਵਾਚਕ ਵਡਿਆਈ ਨਹੀਂ ਕਰਕੇ ਗਿਆ ਤੁਹਾਡੇ ਸਿਰ ਦੇ ਵਿੱਚ ਸਵਾਹ ਪਾਉਣ ਵਾਸਤੇ ਆੜਾ ਉਹਨਾਂ ਕਥਾਵਾਚਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਇਹ ਕਹਾਣੀਆਂ ਸੁਣਾਉਣੀਆਂ ਨੇ ਜਿਹੜੀ ਵਿਚਾਰਧਾਰਾ ਗੁਰਬਾਣੀ ਦੇ ਵਿੱਚ ਦਿੱਤੀ ਏ ਬਾਬੇ ਨਾਨਕ ਨੇ ਉਹ ਵਿਚਾਰਧਾਰਾ ਤੇ ਤੁਹਾਡੇ ਸਾਹਮਣੇ ਰੱਖਣੀ ਕਿਸੇ ਨੇ ਨਹੀਂ ਹੈਗੀ ਉਹ ਵਿਚਾਰਧਾਰਾ ਤੁਹਾਨੂੰ ਥੋੜੀ ਨੇ ਸੁਣਾਉਣੀ ਏ ਜਿਹਦੇ ਵਿੱਚ ਇਹ ਵਿਚਾਰ ਆਉਣੀਆਂ ਨੇ ਲਪ-ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ ਕਾਮਨੇਬ ਸਦ ਪੁੱਛੀਏ ਬਾਬੇ ਕਰੇ ਵਿਚਾਰ ਇਹ ਤੁਹਾਨੂੰ ਨਾ ਦੱਸਣਾ ਤੁਹਾਨੂੰ ਕਿਸੇ ਨੇ ਜੜੀਆਂ ਵਿਚਾਰਾਂ ਗੁਰਬਾਣੀ ਦੇ ਵਿੱਚ ਆਉਣੀਆਂ ਨੇ ਕਿ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਇਹ ਵਿਚਾਰਾਂ ਤੁਹਾਨੂੰ ਥੋੜੀ ਨਾ ਦੱਸਣੀਆਂ ਨੇ ਕਿਸੇ ਨੇ ਝੂਠੀਆਂ ਕਹਾਣੀਆਂ ਤੁਹਾਨੂੰ ਸੁਣਾ ਸੁਣਾ ਕੇ ਕਮਲੇ ਕਰਨਾ ਹੈ ਉਹਨਾਂ ਕਥਾਵਾਚਕਾਂ ਨੇ ਉਹਨਾਂ ਕੀਰਤਨੀਆਂ ਨੇ ਜਿਨ੍ਹਾਂ ਨੂੰ ਤੁਸੀਂ ਬੁੱਕ ਕਰਦੇ ਪਏ ਹੋ ਤੇ ਤੁਸੀਂ ਉਹਨਾਂ ਨੂੰ ਮਾਇਆ ਦੇ ਗਫੇ ਦੇ ਦੇ ਕੇ ਸੋਚਣਾ ਹਾਏ ਅਸੀਂ ਦੇ ਬਾਬੇ ਨਾਨਕ ਦਾ ਨਾ ਦਿਹਾੜਾ ਮਨਾ ਲਿਆ ਆ ਨਗਰ ਕੀਰਤਨ ਨਿਕਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕਿੰਨੇ ਕ ਨਗਰ ਕੀਰਤਨ ਨਿਕਲਨੇ ਨੇ ਹਰ ਇੱਕ ਮੁਹੱਲੇ ਦੇ ਵਿੱਚੋਂ ਨਗਰ ਕੀਰਤਨ ਨਿਕਲੇਗਾ ਤੇ ਨਗਰ ਕੀਰਤਨ ਕੱਢ ਕੱਢ ਕੇ ਅਸੀਂ ਸੋਚਾਂਗੇ ਕਿ ਅਸੀਂ ਬੜਾ ਪ੍ਰਚਾਰ ਕਰ ਰਹੇ ਹਾਂ ਜੀ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਜੀ ਪਰ ਸੱਚ ਕਰਕੇ ਜਾਣਿਓ ਪ੍ਰਚਾਰ ਦੇ ਨਾਂ ਦੇ ਉੱਤੇ ਤੁਹਾਡਾ ਕਰੋੜਾ ਰੁਪਏ ਦਾ ਨੁਕਸਾਨ ਹੋਏਗਾ ਤੇ ਪ੍ਰਚਾਰ ਜਿਹੜਾ ਉਹ ਥੇਲੀ ਦਾ ਵੀ ਨਹੀਂ ਹੋਣਾ ਨਿਕਲਣਾ ਤੇ ਉਹਦੇ ਵਿੱਚੋਂ ਕੱਖ ਵੀ ਨਹੀਂ ਹੈ ਲੋਕਾਂ ਨੇ ਆਉਣਾ ਨਗਰ ਕੀਰਤਨ ਦੇ ਵਿੱਚ ਵੇਖਣਾ ਆ ਫਲਾਣੇ ਸਟਾਲ ਤੋਂ ਛੋਲੇ ਭਟੂਰੇ ਮਿਲਦੇ ਪਏ ਨੇ ਆ ਫਲਾਣੇ ਸਟਾਲ ਤੋਂ ਕੁਲਚੇ ਛੋਲੇ ਮਿਲਦੇ ਪਏ ਨੇ ਆ ਫਲਾਣੇ ਸਟਾਲ ਤੋਂ ਰਾਜਮਾ ਚਾਵਲ ਮਿਲਦੇ ਪਏ ਨੇ ਆਓ ਛਕੋ ਛਕਾਓ ਤੇ ਘਰ ਨੂੰ ਜਾਓ ਬਸ ਜੀ ਅਸੀਂ ਕਿੱਥੇ ਗਏ ਸੀ ਨਗਰ ਕੀਰਤਨ ਤੇ ਗਏ ਸੀ ਜੀ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਸੀਗਾ ਅਸੀਂ ਨਗਰ ਕੀਰਤਨ ਤੇ ਗਏ ਸੀ ਉੱਥੇ ਅਸੀਂ ਗੁਰਪ੍ਰਬ ਮਨਾ ਕੇ ਆਏ ਆ ਅੱਜ ਵਿਚਾਰਾਂ ਨੇ ਨਾ ਇਸੇ ਤਰ੍ਹਾਂ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਜਾਣਾ ਕਥਾਵਾਚਕ ਇਹੋ ਜਿਹੇ ਆਉਣਗੇ ਝੂਠੀਆਂ ਕਹਾਣੀਆਂ ਸੁਣਾਉਣ ਵਾਲੇ ਚਾਰ ਝੂਠੀਆਂ ਕਹਾਣੀਆਂ ਕੋਈ ਕਥਾਵਾਚਕ ਸੁਣਾ ਜਾਵੇਗਾ ਤੇ ਚਾਰ ਝੂਠੀਆਂ ਕਹਾਣੀਆਂ ਕੋਈ ਕੀਰਤਨੀਆਂ ਬਹੂਗਾ ਤੇ ਉਹ ਸੁਣਾ ਜਾਵੇਗਾ ਤੇ ਲੋਕ ਜਿਹੜੇ ਨੇ ਉਥੇ ਸੁਣ ਕੇ ਲੰਗਰ ਛੱਕ ਕੇ ਕੜਾ ਪ੍ਰਸ਼ਾਦ ਲੈ ਕੇ ਆਪੋ ਆਪਣੇ ਘਰਾਂ ਨੂੰ ਆ ਜਾਣਗੇ ਪੱਲੇ ਕਿਸੇ ਦੇ ਕੀ ਪਿਆ ਠੇਂਗਾ ਕੱਖ ਪੱਲੇ ਨਹੀਂ ਪਹਿਣਾ ਜਿਸ ਤਰੀਕੇ ਦੇ ਨਾਲ ਅਸੀਂ ਇਹ ਦਿਹਾੜੇ ਮਨਾਉਣ ਲੱਗੇ ਹੋਏ ਆ ਨਾ ਸੱਚ ਕਰਕੇ ਜਾਣਿਓ ਕਿਸੇ ਦੇ ਪੱਲੇ ਕੁਝ ਨਹੀਂ ਪਹਿਣਾ ਸਾਡੇ ਰੌਲੇ ਪਤਾ ਕਿੱਥੇ ਰਹਿ ਗਏ ਕਿ ਬਾਬੇ ਨਾਨਕ ਦਾ ਦਿਹਾੜਾ ਜਿਹੜਾ ਹੈ ਉਹ April ਦੇ ਵਿੱਚ ਮਨਾਈਏ ਜਾਂ November ਦੇ ਵਿੱਚ ਮਨਾਈਏ ਸਾਡੀਆਂ ਲੜਾਈਆਂ ਇੱਥੇ ਤੱਕ ਹੀ ਸੀਮਿਤ ਨੇ ਅਜੇ ਤੱਕ ਅਸੀਂ ਇਹਦੇ ਤੋਂ ਅੱਗੇ ਨਹੀਂ ਵੱਧ ਸਕੇ ਦਿਹਾੜਾ ਤੇ ਭਾਵੇਂ April ਵਿੱਚ ਮਨਾ ਲਓ ਭਾਵੇਂ November ਦੇ ਵਿੱਚ ਮਨਾ ਲਓ ਇਹ ਕੋਈ جنگ ਦਾ ਵਿਸ਼ਾ ਨਹੀਂ ਹੈ ਇਹ ਕੋਈ ਲੜਾਈ ਦਾ ਵਿਸ਼ਾ ਨਹੀਂ ਹੈ ਸਾਨੂੰ ਧਿਆਨ ਕਿਸ ਪਾਸੇ ਨੂੰ ਦੇਣਾ ਚਾਹੀਦਾ ਸੀ ਕਿ ਜੇ ਅਸੀਂ ਕਹਿੰਨੇ ਆ ਕਿ ਅਸੀਂ ਦਿਹਾੜੇ ਮਨਾਉਣੇ ਨੇ ਘੱਟੋ ਘੱਟ ਆਪਣੇ ਆਪ ਨੂੰ ਡਿਵੈਲਪ ਤੇ ਕਰ ਲੈਂਦੇ ਆਪਣੀ ਸੋਚ ਨੂੰ ਤੇ ਉੱਚਾ ਚੁੱਕ ਲੈਂਦੇ ਆਪਣਾ ਵਿਕਾਸ ਤੇ ਕਰ ਲੈਂਦੇ ਬਾਬੇ ਨਾਨਕ ਨੇ ਜਿਸ ਗੁਰਬਾਣੀ ਦੇ ਨਾਲ ਸਾਨੂੰ ਜੋੜਿਆ ਸੀਗਾ ਉਹਨੂੰ ਕਿਤੇ ਪੜ ਲੈਂਦੇ ਉਹਨੂੰ ਕਿਤੇ ਵਿਚਾਰ ਲੈਂਦੇ ਉਹਨੂੰ ਕਿਤੇ ਆਪਣੇ ਜੀਵਨ ਦੇ ਵਿੱਚ ਕਮਾ ਲੈਂਦੇ ਕਿ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਕੀ ਗਿਆ ਹੈ ਕਿਤੇ ਉਹ ਗੁਰਬਾਣੀ ਦੀ ਵਿਚਾਰ ਸਾਡੇ ਜੀਵਨ ਦੇ ਵਿੱਚ ਹੁੰਦੀ ਪਰ ਸਾਡੇ ਜੀਵਨ ਦੇ ਵਿੱਚ ਗੁਰਬਾਣੀ ਦੀ ਵਿਚਾਰ ਲੱਭਦੀ ਨਹੀਂ ਗਿਆਨ ਗੁਰੂ ਦੀ ਵਿਚਾਰ ਲੱਭਦੀ ਨਹੀਂ ਗੁਣਾ ਵਾਲੀ ਵਿਚਾਰ ਲੱਭਦੀ ਨਹੀਂ ਅਸੀਂ ਧੋਖੇਬਾਜ਼ ਵੀ ਹਾਂ ਅਸੀਂ ਬੇਈਮਾਨ ਵੀ ਹਾਂ ਅਸੀਂ ਲੁੱਟਾਂ ਖੋਹਾਂ ਕਰਨ ਵਾਲੇ ਵੀ ਹਾਂ ਅਸੀਂ ਜੁਰਾਇਮ ਪੇਸ਼ਾ ਬਣ ਬਣ ਕੇ ਵੀ ਲੋਕਾਂ ਨੂੰ ਵਿਖਾਉਂਦੇ ਹਾਂ ਅਸੀਂ ਲੋਕਾਂ ਦੇ ਉੱਤੇ ਜਾ ਜਾ ਕੇ ਧੱਕੇ ਵੀ ਕਰਦੇ ਹਾਂ ਇਹ ਸਭ ਕੁਝ ਕਰ ਰਹੇ ਨੇ ਨਾ ਅੱਜ ਦਮਾਲਿਆਂ ਵਾਲੇ ਪੱਗਾਂ ਵਾਲੇ ਇਹ ਸਭ ਕੁਝ ਕਰਦੇ ਪਏ ਨੇ ਆ ਪਿੱਛੇ ਜੇ ਇੱਕ ਨਾਈ ਦੀ ਵੀਡੀਓ ਤੁਹਾਡੇ ਸਾਹਮਣੇ ਆਈ ਸੀ ਉਹ ਨਾਈ ਦੀ ਸ਼ਾਪ ਦੇ ਵਿੱਚ ਵੜ ਕੇ ਜਾ ਕੇ ਉਸ ਵਿਚਾਰੇ ਨਾਈ ਨੂੰ ਐਵੇਂ ਕੁੱਟ ਮਾਰਿਆ ਮਤਲਬ ਧੱਕੇ ਕਰਨ ਵਾਲੇ ਲੋਕ ਤੇ ਇਹ ਦਾਅਵੇ ਕੀ ਕਰਦੇ ਨੇ ਅਸੀਂ ਬਾਬੇ ਨਾਨਕ ਦੇ ਵਾਰਸਾਂ ਅਸੀਂ ਮਨਾਵਾਂਗੇ ਗੁਰਪ੍ਰਭੂ ਅਸੀਂ ਇਹ ਕਰਾਂਗੇ ਉਹ ਕਰਾਂਗੇ ਸੱਚ ਕਰਕੇ ਜਾਣਿਓ ਸਾਡੇ ਲੋਕਾਂ ਦੇ ਪੱਲੇ ਕੇਵਲ ਫੁਕਰੀਆਂ ਰਹਿ ਗਈਆਂ ਨੇ ਹੋਰ ਕੱਖ ਨਹੀਂ ਰਹਿ ਗਿਆ ਕੇਵਲ ਫੁਕਰੀਆਂ ਜਿਹੜੀ ਅੱਗ ਕਦੀ ਬਾਬਾ ਨਾਨਕ ਜੀ ਨੇ ਬੁਝਾਈ ਸੀ ਨਾ ਦੁਨੀਆ ਦੇ ਲੋਕਾਂ ਨੂੰ ਸੱਚ ਦਾ ਗਿਆਨ ਦੇ ਕੇ ਗੁਨਾ ਦੇ ਨਾਲ ਜੋੜ ਕੇ ਲੋਕਾਂ ਨੂੰ ਦੱਸਿਆ ਸੀ ਵੀ ਚੰਗੇ ਗੁਣ ਤੁਹਾਡੇ ਅੰਦਰ ਹੀ ਪਏ ਨੇ ਉਹਨਾਂ ਗੁਣਾਂ ਦੀ ਵਰਤੋਂ ਕਰੋ ਜਿਹੜੀ ਅੱਗ ਕਦੀ ਬਾਬੇ ਨਾਨਕ ਨੇ 부ਝਾਈ ਸੀ ਜਿਹਦੇ ਬਾਰੇ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ ਬਾਬਾ ਦੇਖਿਆ ਧਿਆਨ ਧਾਰ ਜਲਤੀ ਸਭ ਪ੍ਰithvi ਦਸਿਆਈ ਉਹ ਜਦੋਂ ਪ੍ਰithvi ਜਲਦੀ ਪਈ ਸੀਗੀ ਜਲਤੀ ਸਭ ਪ੍ਰithvi ਦਸਿਆਈ ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਬਾਬੇ ਨੇ ਚਾਲੇ ਪਾ ਦਿੱਤੀ ਸੀ ਲੋਕਾਂ ਦੀ ਉਸ ਅੱਗ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਹਿਮ, ਪਰਮ ਕਰਮ ਕਾਂਡ ਦੀ ਜਿਹੜੀ ਅੱਗ ਲੋਕਾਂ ਦੇ ਅੰਦਰ ਲੱਗੀ ਸੀ ਬਾਬੇ ਨਾਨਕ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਸੀ ਉਹ ਭਲਿਓ ਗਿਆਨ ਗੁਰੂ ਤੁਹਾਡੇ ਅੰਦਰ ਹੀ ਹੈ ਉਸ ਗਿਆਨ ਦੀ ਉਸ ਵਿਵੇਕ ਬੁੱਧੀ ਦੀ ਉਸ ਕਾਮਨ ਸੈਂਸ ਦੀ ਵਰਤੋ ਕਰੋ ਆਪਣੇ ਜੀਵਨ ਨੂੰ ਸਵਾਰੋ ਡਿਵੈਲਪ ਕਰੋ ਆਪਣੇ ਆਪ ਨੂੰ ਚੰਗੇ ਗੁਣ ਤੁਹਾਡੇ ਅੰਦਰ ਹੀ ਨੇ ਉਹਨਾਂ ਗੁਣਾਂ ਦੀ ਵਰਤੋ ਕਰੋ ਆਪਣਾ ਵਿਕਾਸ ਕਰੋ ਬਾਬੇ ਨਾਨਕ ਨੇ ਸਮਝਾਇਆ ਸੀਗਾ ਤਾਂ ਲੋਕਾਂ ਨੇ ਵਿਕਾਸ ਕੀਤਾ ਵੀ ਸੀਗਾ ਸੱਚ ਵਾਲੇ ਪਾਸੇ ਨੂੰ ਲੋਕ ਤੁਰੇ ਵੀ ਸੀਗੇ ਇਮਾਨਦਾਰੀ ਵਾਲੇ ਜੀਵਨ ਬਣੇ ਵੀ ਸੀਗੇ ਅੱਜ ਸਿਰੇ ਦਾ ਬੇਈਮਾਨ ਬੰਦਾ ਤੇ ਉਹ ਕਰਦਾ ਕੀ ਪਿਆ ਉਹ ਨਗਰ ਕੀਰਤਨ ਦੇ ਵਿੱਚ ਘੁੰਮ ਰਿਹਾ ਸਿਰੇ ਦਾ ਬੇਈਮਾਨ ਬੰਦਾ ਉਹਨੂੰ ਪੁੱਛੋ ਕਿੱਥੇ ਗਿਆ ਸੀ ਵੇਖੋ ਜੀ ਮੈਂ ਤਾਂ ਗੁਰਪ੍ਰੋਮ ਮਨਣ ਗਿਆ ਸੀਗਾ ਸੱਚ ਕਰਕੇ ਜਾਣਿਓ ਰਾਗੀਆਂ ਪ੍ਰਚਾਰਕਾਂ ਦੇ ਵੱਲੋਂ ਝੂਠੀਆਂ ਕਹਾਣੀਆਂ ਸੁਣ ਕੇ ਨਗਰ ਕੀਰਤਨਾਂ ਦੇ ਵਿੱਚ ਘੁੰਮ ਕੇ ਪਰ ਬਾਤ ਫੇਰੀਆਂ ਦੇ ਵਿੱਚ ਜਾ ਕੇ ਧੱਕੇ ਖਾ ਕੇ ਇਸ ਤਰੀਕੇ ਦੇ ਨਾਲ ਗੁਰਪੁਰਬ ਨਹੀਂ ਮਨਾਏ ਜਾਂਦੇ ਇਹ ਜਿਹੜਾ ਟ੍ਰੈਂਡ ਚੱਲ ਪਿਆ ਨਾ ਸਾਡੇ ਲੋਕਾਂ ਦੇ ਵਿੱਚ ਇਸ ਟ੍ਰੈਂਡ ਦੇ ਨਾਲ ਕਦੀ ਵੀ ਤੁਹਾਡੀ ਤਰੱਕੀ ਨਹੀਂ ਜੇ ਹੋਣੀ ਭਾਵੇਂ ਸਾਰੀ ਜ਼ਿੰਦਗੀ ਇਹ ਕੰਮ ਕਰੀ ਜਾਓ ਮੇਰੀਆਂ ਇਹ ਗੱਲਾਂ ਤੁਹਾਨੂੰ ਲੱਗਣਗੀਆਂ ਕੌੜੀਆਂ ਜ਼ਰੂਰ ਪਰ ਇਹਦੇ ਨਾਲ ਤੁਹਾਡੀ ਤਰੱਕੀ ਨਹੀਂ ਜੇ ਹੋਣੀ ਮਾਨਸਿਕ ਤੌਰ ਦੇ ਉੱਤੇ ਤੁਸੀਂ ਵਿਕਾਸ ਨਹੀਂ ਕਰ ਸਕਦੇ ਗੁਰਬਾਣੀ ਨੂੰ ਆਪ ਪੜੋ ਆਪ ਵਿਚਾਰੋ ਤੇ ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੋ ਇਹ ਵੇਖਿਆ ਕਰੋ ਕਿ ਅੱਜ ਤੋਂ 5 ਸਾਲ ਪਹਿਲਾਂ ਮੈਂ ਕਿੱਥੇ ਖਲੋਤਾ ਹੋਇਆ ਸੀ ਤੇ ਹੁਣ ਮੈਂ ਕਿੱਥੇ ਖਲੋਤਾ ਹੋਇਆ ਕਿ ਮੈਂ ਆਪਣੇ ਆਪ ਨੂੰ ਡਿਵੈਲਪ ਕਰ ਰਿਹਾ ਹਾਂ ਕਿ ਮੇਰੀ ਤਰੱਕੀ ਹੋ ਰਹੀ ਹੈ ਜੇ ਤੇ ਤਰੱਕੀ ਹੋ ਰਹੀ ਹੈ ਤਾਂ ਤੁਸੀਂ ਸੋਚਿਓ ਕਿ ਤੁਸੀਂ ਬਾਬੇ ਨਾਨਕ ਵਾਲੇ ਪਾਸੇ ਨੂੰ ਤੁਰੇ ਹੋਏ ਹੋ ਤੇ ਜੇ ਤੁਸੀਂ ਅਜੇ ਵੀ ਕਰਮ ਕਾਂਡਾਂ ਦੇ ਵਿੱਚ ਹੀ ਪਏ ਹੋਏ ਹੋ ਵਹਿਮਾ ਭਰਮਾਂ ਦੇ ਵਿੱਚ ਮਨਮਤਾਂ ਦੇ ਵਿੱਚ ਝੂਠੀਆਂ ਕਹਾਣੀਆਂ ਦੇ ਵਿੱਚ ਫਸ ਕੇ ਹੀ ਆਪਣੇ ਆਪ ਨੂੰ ਸੋਚੀ ਜਾਂਦੇ ਹੋ ਕਿ ਮੈਂ ਜੀ ਬਾਬੇ ਨਾਨਕ ਦੇ ਕੋਲੋਂ ਸਿੱਖਿਆ ਲਈ ਹੈ ਮੈਂ ਇਹ ਕੀਤਾ ਹੈ ਮੈਂ ਉਹ ਕੀਤਾ ਹੈ ਤੇ ਬਹੁਤ ਵੱਡੇ ਭਰਮ ਦੇ ਵਿੱਚ ਹੋ ਇਸ ਕਰਕੇ ਆਓ ਸਿਆਣੇ ਬਣੀਏ ਗੁਰਬਾਣੀ ਨੂੰ ਆਪ ਪੜ੍ਹੀਏ ਗੁਰਬਾਣੀ ਨੂੰ ਵਿਚਾਰੀਏ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀਏ ਜਿਹੜੇ ਚੰਗੇ ਗੁਣ ਅੰਦਰ ਹੀ ਪਏ ਨੇ ਉਹਨਾਂ ਚੰਗੇ ਗੁਣਾਂ ਦੀ ਵਰਤੋਂ ਕਰੋ ਤਾਂ ਅਸੀਂ ਕਹਿਣ ਜੋਗੇ ਹੋ ਸਕਦੇ ਹਾਂ ਕਿ ਅਸੀਂ ਕੋਈ ਦਿਹਾੜਾ ਮਨਾਇਆ ਸਾਡੇ ਦਿਹਾੜੇ ਮਨਾਏ ਤਾਂ ਸਫਲੇ ਅਸੀਂ ਕਹਿ ਸਕਦੇ ਹਾਂ ਜੇ ਤੇ ਅਸੀਂ ਗੁਣਾ ਵਾਲੇ ਪਾਸੇ ਨੂੰ ਤੁਰਦੇ ਆ ਇਮਾਨਦਾਰੀ ਵਾਲੇ ਪਾਸੇ ਨੂੰ ਤੁਰਦੇ ਆ ਜੇ ਸਾਡੇ ਪੱਲੇ ਗੁਣ ਨਹੀਂ ਸਾਡੇ ਪੱਲੇ ਇਮਾਨਦਾਰੀ ਨਹੀਂ ਸਾਡੇ ਪੱਲੇ ਸੱਚ ਦੀ ਵਿਚਾਰ ਨਹੀਂ ਤੇ ਅਸੀਂ ਕੇਵਲ ਪਖੰਡ ਹੀ ਕਰਦੇ ਪਏ ਆ ਅੱਜ ਬਹੁਤੇ ਲੋਕ ਨੇ ਜਿਹੜੇ ਉਹ ਇਨਾਂ ਪਖੰਡਾਂ ਦੇ ਵਿੱਚ ਹੀ ਪਏ ਹੋਏ ਨੇ ਬਸ ਪਰ ਉਹਨਾਂ ਪਖੰਡਾਂ ਦੇ ਵਿੱਚੋਂ ਨਿਕਲਣਾ ਕੱਖ ਵੀ ਨਹੀਂ ਹੁਣ ਤੁਸੀਂ ਦੱਸੋ ਦੋਸਤੋ ਕਿ ਇਸ ਵੀਰ ਦੀਆਂ ਗੱਲਾਂ ਨਾਲ ਆਪਾਂ ਕਿੰਨੇ ਕੁ ਸਹਿਮਤ ਹੋ